ਤੁਸੀਂ ਇਹਦਾ ਕੋਟ ਦੇਖੋ ਕਿੰਨਾ ਹੈਵੀ ਹੈ ਔਰ ਇਹ ਬਾਈ ਜੀ ਕਹਿੰਦੇ ਨੇ ਵੀ ਮੈਂ ਸ਼ਰਤ ਲਾ ਕੇ ਕਹਿ ਸਕਦਾ ਕਿ ਜਿਸ ਤਰ੍ਹਾਂ ਦੇ ਡੌਗਸ ਅਸੀਂ ਪ੍ਰੋਡਿਊਸ ਕਰਦੇ ਆ ਜਰਮਨ ਸ਼ੈਫਰਡ ਦੇ ਵਿੱਚ ਇਸ ਬ੍ਰੀਡ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਕੋਈ ਡੌਗ ਜਿਹੜੇ ਨੇ ਅਜਿਹੇ ਪ੍ਰੋਡਿਊਸ ਨਹੀਂ ਕਰ ਸਕਦੇ ਹੋਣਗੇ ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਪੂਰੇ ਜਾਂਦੀ ਸਾਡੇ ਮੂਰੇ ਚੈੱਕ ਰੱਖਤਾ ਜੀ ਕਹਿੰਦੇ ਆਪਦੇ ਦੀਨ ਧਰਮ 'ਤੇ ਭਰ ਲਓ ਜਿਹੜਾ ਭਰਨਾ ਗਾ ਅਸੀਂ ਤਾਂ ਇੱਕ ਡੌਗ ਲੈ ਕੇ ਜਾਣਾ ਨਹੀਂ ਅਸੀਂ ਕਹਿੰਦੇ ਵੀ ਹਾਂਜੀ ਅਸੀਂ ਕਹਿੰਦੇ ਸੇਲ ਨਹੀਂ ਕਰਨਾ ਗਾ ਚਲੋ ਮੈਂ ਜੇ ਤੁਹਾਨੂੰ ਕੀਮਤ ਪੁੱਛਾਂ ਇਹਦੀ ਵੀ ਤੁਸੀਂ ਕਿੰਨੇ ਦਾ ਖਰੀਦਿਆ ਜਾਂ ਇਹਦੀ ਕੀਮਤ ਕਿੰਨੀ ਹੈ ਸੁਲਤਾਨ ਦੀ ਵਧੀਆ ਬੱਚਾ ਦਿੰਦੇ ਹਾਂ ਜੀ ਪੂਰਾ ਜ ਇੰਡੀਆ ਦੇ ਵਿੱਚ ਕੋਈ ਵੀ ਬੰਦਾ ਇਹ ਬੰਦਾ ਕੋਈ ਆਪਾਂ ਨੂੰ ਚੈਲੇਂਜ ਕਰਦੇ ਵੀ ਮੈਂ ਬੱਚਾ ਲੈ ਕੇ ਗਿਆ ਸੀ ਮੇਰਾ ਬੱਚਾ ਸਹੀ ਨਹੀਂ ਨਿਕਲਿਆ ਗਾ ਆਪਾਂ ਸਾਰੇ ਜਾਨਵਰ ਫ੍ਰੀ ਦੇ ਦੇਂਗੇ ਜੀ ਕੋਈ ਵੀ ਬੰਦਾ ਇੱਕ ਵੀ ਬੰਦਾ ਕੋਈ ਆਪਾਂ ਨੂੰ ਚੈਲੇਂਜ ਕਰਦੇ ਜਾਂ ਅਸੀਂ ਕਹਿੰਦੇ ਵੀ ਇਹ ਸੁਲਤਾਨ ਦਾ ਬੱਚਾ ਕਹਾਂਗੇ ਜੀ ਉਹ ਵੇਖ ਸਕਦੀ ਬੰਦਾ ਡੀਐਨਏ ਟੈਸਟ ਕਰਵਾ ਲਿਆ ਜਿਹੜਾ ਟੈਸ਼ਨ ਦਾ ਹੋਊਗਾ ਟੈਸ਼ਨ ਦਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ ਅੱਜ ਅਸੀਂ ਜਿਹੜੇ ਕੈਨਲ ਤੇ ਮੌਜੂਦ ਹੈਗੇ ਆ ਇੱਥੋਂ ਦੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਕੈਨਲ ਦੇ ਉਹ ਕਹਿੰਦੇ ਨੇ ਕਿ ਅਸੀਂ ਸਟੱਡ ਡੌਗਸ ਜਿਹੜੇ ਹੈ ਸਟੱਡ ਡੌਗਸ ਦੇ ਨਾਲ ਚੈਂਪੀਅਨ ਡੌਗਸ ਜਿਹੜੇ ਆ ਪ੍ਰੋਡਿਊਸ ਕਰਦੇ ਆ ਔਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਵੀ ਦਿੰਦੇ ਆ ਕਿ ਇਹਨਾਂ ਦਾ ਇੱਕ ਪ੍ਰੋਡਿਊਸ ਕੀਤਾ ਹੋਇਆ ਜਰਮਨ ਸ਼ੈਫਰਡ ਜੋ ਕਿ ਇੰਪੋਰਟਿਡ ਡੌਗ ਹੈ ਔਰ ਇਹ ਬਠਿੰਡਾ ਦੇ ਹਮੀਰਗੜ੍ਹ ਵਿਖੇ ਬਰਾੜ ਕੈਨਲ ਹੈ ਉਹਨਾਂ ਦੇ ਕੋਲ ਇਹ ਡੌਗ ਹੈ ਤੁਸੀਂ ਇਹਦਾ ਕੋਟ ਦੇਖੋ ਕਿੰਨਾ ਹੈਵੀ ਹੈ ਔਰ ਇਹ ਬਾਈ ਜੀ ਕਹਿੰਦੇ ਨੇ ਵੀ ਮੈਂ ਸ਼ਰਤ ਲਾ ਕੇ ਕਹਿ ਸਕਦਾ ਕਿ ਜਿਸ ਤਰ੍ਹਾਂ ਦੇ ਡੌਗਸ ਅਸੀਂ ਪ੍ਰੋਡਿਊਸ ਕਰਦੇ ਹਾਂ ਜਰਮਨ ਸ਼ੈਫਰਡ ਦੇ ਵਿੱਚ ਇਸ ਬ੍ਰੀਡ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਕੋਈ ਡੌਗ ਜਿਹੜੇ ਨੇ ਅਜਿਹੇ ਪ੍ਰੋਡਿਊਸ ਨਹੀਂ ਕਰ ਸਕਦੇ ਹੋਣਗੇ ਸੋ ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਜਿਹੜੇ ਡੌਗ ਲਵਰਸ ਨੇ ਉਹਨਾਂ ਦੇ ਲਈ ਜਿਹੜੇ ਜਰਮਨ ਸ਼ੈਫਰਡਸ ਹੈ ਉਹ ਬਹੁਤ ਹੀ ਪ੍ਰੈਫਰੈਂਸ ਦਿੰਦੇ ਨੇ ਲੋਕ ਜਰਮਨ ਸ਼ੈਫਰਡ ਨੂੰ ਤਾਂ ਅਸੀਂ ਅੱਜ ਇਹਦੇ ਬਾਰੇ ਜਾਣਨ ਆਏ ਹਾਂ ਅਤੇ ਗੱਲਬਾਤ ਕਰਦੇ ਹਾਂ ਇਸ ਡੌਗ ਦੀ ਖਾਸੀਅਤ ਦੇ ਬਾਰੇ ਔਰ ਇਹ ਚੈਂਪੀਅਨ ਡੌਗ ਹੈ ਸੁਲਤਾਨ ਇਸਦਾ ਨਾਮ ਹੈ ਔਰ ਸੁਲਤਾਨ ਦੇ ਬਾਰੇ ਵੀ ਅਸੀਂ ਜਾਣਕਾਰੀ ਲਵਾਂਗੇ ਦੇਖਣ ਦੇ ਵਿੱਚ ਵੀ ਬੜਾ ਹੈਂਡਸਮ ਲੱਗ ਰਿਹਾ ਇਹ ਡੌਗ ਗੱਲਬਾਤ ਕਰਦੇ ਹਾਂ ਬਾਈ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲੀ ਹੌਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਜੀ ਅੱਛਾ ਮੈਂ ਸੁਣਿਆ ਵੀ ਜਿਹੜਾ ਤੁਹਾਡਾ ਡੌਗ ਹੈ ਇਹਨੂੰ ਲੈਣ ਵਾਸਤੇ ਕੋਈ ਆਇਆ ਤੇ ਤੁਹਾਨੂੰ ਖਾਲੀ ਚੈੱਕ ਕਹਿੰਦੇ ਵੀ ਮੈਂ ਅਸੀਂ ਤੁਹਾਨੂੰ ਦੇਣੇ ਤੇ ਭਰ ਲਓ ਇਹਦੀ ਕੀਮਤ ਤੁਸੀਂ ਹਾਂਜੀ ਉਹ ਆਪਣਾ ਨਾ ਡੌਗ ਸ਼ੋਅ ਤੇ ਗਏ ਸੀਗੇ ਜੀ ਅਸੀਂ ਤੇ ਤੁਸੀਂ ਮੇਰਾ ਸ਼ਾਇਦ ਵੀਡੀਓ ਲਈਆਂ ਸੀਗੀਆਂ ਸ਼ੋਅ ਤੇ ਤੇ ਆਪਣੇ ਡੌਗ ਸੀਗੇ ਜੀ ਉੱਥੇ ਆਪਣਾ ਸਾਰੇ ਗਰੁੱਪ ਵਾਲੇ ਭਾਈ ਆਪਣੇ ਬੈਠੇ ਸੀਗੇ ਮੈਂ ਹੈ ਨਹੀਂ ਸੀਗਾ ਜੀ ਕੋਲੇ ਕੋਈ ਬਾਹਰੋਂ ਕੋਈ ਪਾਰਟੀ ਸੀਗੀ ਜੀ ਉਹਨਾਂ ਦੀ ਵੀਡੀਓ ਕਾਲ ਆਈ ਵੀ ਸੀਗੀ ਡੌਗ ਦੇਖਦੇ ਗਏ ਜੀ ਸਾਰੇ ਡੌਗ ਉਹ ਆਪਣੇ ਡੌਗ ਦੇਖ ਕੇ ਉਹ ਕਹਿੰਦੇ ਵੀ ਅਸੀਂ ਡੌਗ ਲੈਣਾ ਗਾ ਵੀ ਸ਼ੈਫਰਡ ਡੌਗ ਲੈਣਾ ਬਾਹਰ ਤੋਂ ਸੀਗੇ ਬਾਈ ਜੀ ਮੈਂ ਉਹਨਾਂ ਦਾ ਆਪਾਂ ਨੰਬਰ ਵੀ ਨਹੀਂ ਲਿਆ ਆਪਣੇ ਨਾਲ ਕੋਈ ਵੈਸੇ ਵੀ ਕੋਈ ਜਾਣਕਾਰ ਨਹੀਂ ਸੀਗੇ ਬੰਦੇ ਉਹ ਅਤੇ ਉਹ ਬੰਦਿਆਂ ਨੇ ਜਦੋਂ ਡੌਗ ਦਿਖਾਤਾ ਉੱਥੇ ਰੁਕ ਗਏ ਆਪਣੇ ਕੋਲ ਇਹਨਾਂ ਨੂੰ ਕਹਿੰਦੇ ਰਹੇ ਵੀ ਦੱਸੋ ਸਾਨੂੰ ਪ੍ਰਾਈਜ਼ ਦੱਸੋ ਕਹਿੰਦੇ ਬਾਈ ਵੀਰੇ ਸੇਲ ਵਾਸਤੇ ਨਹੀਂ ਸੀ ਲੈ ਕੇ ਆਉਂਦੇ ਗੇ ਵੀ ਅਸੀਂ ਤਾਂ ਵੈਸੇ ਦਿਖਾਉਣ ਵਾਸਤੇ ਲੈ ਕੇ ਆਉਂਦੇ ਹੈਗੇ ਅਤੇ ਸਾਡੇ ਕੋਲ ਇਹਨਾਂ ਦੇ ਬੱਚੇ ਸ਼ੋਅ 'ਤੇ ਸ਼ੋਅ ਲਾਏ ਵੀ ਸੀਗੇ ਜੀ ਅਸੀਂ ਥੋੜ੍ਹਾ ਰਿੰਗ 'ਚ ਸੀਗੇ ਜੀ ਉੱਧਰ ਬਿਜੀ ਸੀਗੇ ਜੀ ਸਾਡੇ ਦੋ ਚਾਰ ਬੰਦੇ ਉੱਥੇ ਸ਼ੋਅ ਇਹਨਾਂ ਦੇ ਕੋਲ ਬੈਠੇ ਸੀਗੇ ਜੀ ਦੋ ਤਿੰਨ ਡੌਗਾਂ ਦੇ ਜੀ ਉਹਨਾਂ ਨੂੰ ਉਹਨਾਂ ਨੇ ਬਹੁਤ ਔਫਰਾਂ ਦਿੱਤੀਆਂ ਵੀ ਤੁਸੀਂ ਉਹ ਕਹਿੰਦੇ ਨਹੀਂ ਵੀ ਬਾਈ ਜੀ ਹੈ ਨਹੀਂ ਗੇ ਵੀ ਉਹਨਾਂ ਨੂੰ ਆ ਜਾਂਦੇ ਉਹ ਚਲੋ ਜਦੋਂ ਅਸੀਂ ਆਏ ਉਹਨਾਂ ਨੇ ਸਾਡੇ ਕੋਲ ਵੀ ਉਹ ਕਹਿੰਦੇ ਉਹਨਾਂ ਨੇ ਸਾਡੀ ਬਾਈ ਜੀ ਨਾਲ ਬਾਹਰੋਂ ਗੱਲ ਕਰਵਾਈ ਉਹ ਕਹਿੰਦੇ ਵੀਰੇ ਪੇਮੈਂਟ ਦੀ ਕੋਈ ਗੱਲ ਨਹੀਂ ਗੀ ਵੀ ਸਾਨੂੰ ਇੱਕ ਡੌਗ ਦੇ ਦਿਓ ਜਾਂ ਸੁਲਤਾਨ ਦੇ ਦਿਓ ਜਾਂ ਟੈਸ਼ਨ ਦੇ ਦਿਓ ਜਿਹੜਾ ਮਰਜ਼ੀ ਦੇ ਦਿਓ ਮੈਂ ਕਿਹਾ ਨਹੀਂ ਅਸੀਂ ਵੀ ਸੇਲ ਨਹੀਂ ਕਰਨੀ ਵੀਰੇ ਵੀ ਅਸੀਂ ਇਹਦਾ ਕਰਕੇ ਵੀ ਅਸੀਂ ਤਾਂ ਵੀ ਇਹਨਾਂ ਦਾ ਕਰ ਵੀ ਗਾਂਹ ਪ੍ਰੋਡਿਊਸਰ ਵਧੀਆ ਕਰ ਰਹੇ ਹੈਗੇ ਅਤੇ ਵੀ ਆਪਾਂ ਹੁਣ ਜੇ ਆਪਾਂ ਬਾਹਰੋਂ ਵੀ ਅੱਜ ਵੀ ਆਪਾਂ 12-13 ਲੱਖ ਦਾ ਡੌਗ ਮੰਗਵਾਉਣੇ ਹਾਂ ਜੀ ਉਹਦੇ ਵਿੱਚੋਂ ਕਈ ਵਾਰ ਕੁਛ ਨਿਕਲਦਾ ਨਹੀਂ ਗਾ ਜੀ ਕੋਈ ਜਿਵੇਂ 10-12 ਡੌਗ ਆਉਂਦੇ ਆ ਜੀ ਬਾਹਰੋਂ ਹੁਣ ਆਪਾਂ ਵੀ ਕਈ ਵਾਰੀ ਕਿਸੇ 'ਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ 'ਚ ਕੋਈ ਆ ਜਾਂਦੀ ਹੈ ਜੀ ਹੁਣ ਸਾਰੇ ਪਾਸੋਂ ਡੌਗ ਪੂਰੇ ਹੈ ਜੀ ਵਧੀਆ ਰਿਜ਼ਲਟ ਆ ਰਿਹਾ ਜੀ ਆ ਤੁਸੀਂ ਦੇਖ ਲਓ ਬੱਚੇ ਤੁਸੀਂ ਦੇਖੀ ਜਾਂਦੇ ਹੋਗੇ ਰੋਟੇਸ਼ਨ ਬੈਠਾ ਉਹ ਅੰਦਰ ਆਪਣੇ ਕੈਨਲ ਦੇ ਵਿੱਚ ਕਿੰਨੇ ਵਧੀਆ ਬੱਚੇ ਹੈਗੇ ਉਹਦਾ ਕਰਕੇ ਜੀ ਫਿਰ ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਪੂਰੇ ਜਾਂਦੀ ਸਾਡੇ ਮੂਹਰੇ ਚੈੱਕ ਰੱਖਤਾ ਜੀ ਕਹਿੰਦੇ ਆਪਦੇ ਦੀਨ ਧਰਮ 'ਤੇ ਭਰ ਲਓ ਜਿਹੜਾ ਭਰਨਾ ਗਾ ਅਸੀਂ ਤਾਂ ਇੱਕ ਡੌਗ ਲੈ ਕੇ ਜਾਣਾ ਨਹੀਂ ਅਸੀਂ ਕਹਿੰਦੇ ਵੀਰੇ ਵੀ ਹਾਂਜੀ ਅਸੀਂ ਕਹਿੰਦੇ ਸੇਲ ਨਹੀਂ ਕਰਨਾ ਗਾ ਚਲੋ ਮੈਂ ਜੇ ਤੁਹਾਨੂੰ ਕੀਮਤ ਪੁੱਛਾਂ ਇਹਦੀ ਵੀ ਤੁਸੀਂ ਕਿੰਨੇ ਦਾ ਖਰੀਦਿਆ ਜਾਂ ਇਹਦੀ ਕੀਮਤ ਕਿੰਨੀ ਹੈ ਸੁਲਤਾਨ ਦੀ ਇਹਦੀ ਇਹ ਪਤਾ ਕੀ ਗੱਲ ਹੈ ਜੀ ਅਨਮੁੱਲੀਆਂ ਚੀਜ਼ਾਂ ਜੀ ਇਹ ਵੀ ਖਰੀਦਿਆ ਨਹੀਂ ਗਾ ਜੀ ਅਸੀਂ ਘਰ ਹੀ ਤਿਆਰ ਕੀਤਾ ਜੀ ਇਹ ਬੱਚਾ ਵੀ ਜਿਵੇਂ ਇਹ ਟੈਸ਼ਨ ਵੀ ਹੈ ਸਾਰੇ ਸਾਡੇ ਘਰ ਦੇ ਬਰੀਡ ਆਪਦੇ ਤਿਆਰ ਕੀਤੇ ਹੋਏ ਜੀ ਖਰੀਦੇ ਵੀ ਇਹ ਬੱਚਾ ਇਸ ਤਰ੍ਹਾਂ ਦਾ ਵੀ ਘੱਟ ਵੱਧ ਹੀ ਬਣਦਾ ਜੀ ਮੰਨ ਕੇ ਚਲੋ ਲੀਟਰ ਦੇ ਵਿੱਚ 8-9 ਬੱਚੇ ਆ ਜੀ ਬਾਈ ਚਾਂਸ ਹੀ ਹੋ ਗਿਆ ਕੁਦਰਤੀ ਹੋ ਗਿਆ
हाँ जी कुदरती नहीं इन्हों का मन के चलो ब्लड लैन ही हों कोई डॉग जो हूँ इस तरह का हूँ सारे ब्रीडरों को पता जी चलो आप जो जीरो तो चलते हैं तो ये चीज़ का चलो नवे बंद थोड़ा जहा लगता गा तो ये हूँ जिमें डॉग है जी भी रिजल्ट प्रूफ डॉग है ये भी ये हूँ अपने को शेफर्ड ता लॉन्ग कोट बहुत वधिया वधिया पे है जी सेल पर पाई जाते जी सारा कुछ सेल से आप सुबह तो लेकर शाम तक बीने सारी जारी सेल वास्ते पाई जाते ये तो सेल की अपन कहण की लड़ है ये कहण तो जो माड़ा जहाँ आप कह देंगे जी तो दसा मिनटा चाहिए जोड़े बंद पता जी वो उन्होंने जो मर्जी मंग लगे जी उ देखे जी मतलब परख है भी जौहरी हीरे की परख होंगी ने हाँ हाँ जी हाँ जी वो बंद पता भी उन्होंने भी जिहड़ा हुण सारे डॉग वाले नूं पता जी इहदा किद्दां रिजल्ट है किद्दां वी इह इस तरह बच्चे इस तरह प्रोड्यूस करदा गा किद्दां दे बच्चे दे बंदे है जी उन्हां नूं सारिआं नूं पता हुंदा वी उन्हां नूं इह वी पता हुंदा वी इहनां ने सेल नहीं करना ना ही आपां नूं हणा वी वी चीज़ रखी हुई है जी हाँ जी इस वेले तुहाडे कोल बई जी किन्ने डॉग्स ने जर्मन शेफर्ड जर्मन शेफर्ड साडे कोल हैगे जी 20-25 दे करीब है जी हाँ जी उस तों ज़्यादा वी हैगे जी इहदी सुल्तान दी ब्लड लाइन है सारी हाँ जी इसकी ब्लड लाइन है सारी सेम है जी हाँ जी जिस तरह जिहड़ी इहदे बारे वैसे लोग आम तौर पर असीं देखदे हां कि घरां दे विच या फार्म हाउसिस दे विच बहुत प्रेफरेंस दिंदे ने लोग जर्मन शेफर्ड नूं इहदी खासियत की है इस डॉग की जे मान लो किसी ने सपोज किसी ने अडोप्ट भी करना है तो की चीज़ा वह देखण अडोपशन दे टाइम डॉग दे विच जो लैना होवे डॉग डॉग दे विच बस कई बार की होंगे नहीं अणजाण बंदे कला कोड देख लेंगे जी हुण तुसीं देखिया जी डॉग की क्रूपिंग देखो जी कितनी सोहनी है कि ढूई दे विच बेंड वगैरह हुण अपने कोल चलो इत्थे आपां जे पार्क दे विच हुंदे सानूं इहदी वॉक करा के भी दिखाते सानूं स्ट्राइक ते ला के भी दिखाते तो अज थोड़े जे साडे जिहड़े मुंडे स्ट्राइक वाले है अज थोड़े कम ते सीगे जी ओह गए बाहर नहीं सानूं सारा आ देख लो जिद्दां आप ही स्ट्राइक ते लग्गा भाई सुल्तान आ फेस क्वालिटी देख लो जी जिहड़ी चंगी चीज़ है जी ओह तां बंदे नूं जिहड़े जौहरी नूं तां पता लग ही जाणा जी तो हुण उन्हां नूं भी पता भी जिहड़े बंदे नूं पता ओह आपे ओह देखण सार उन्होंने समझ जाना जी भी की चीज़ है जी हाँ जी जिवें असीं देखदे कि आर्मी दे विच या पंजाब पुलिस दे विच या इंडियन पुलिस आ उहदे विच भी ये कुत्ते रखे जांदे आ भी निगरानी हेठ जिवें मान लो हुण कई लोकां दीआं कोठियां बाहरों बाहर हुंदीआं ने पिंड तों तां उहनां दे लई जिहड़ा ये डॉग है किन्ना क सही है जिहड़े नवेकले जे घर हुंदे खेतां दे विच जिन्हां ने पाए हुंदे ने ये बहुत गार्ड बहुत वधिया डॉग है जी गार्ड वास्ते ये तो जिदा इन्हों मर्जी ला लगे जी उस तरह ही हो जाते जी हूँ जिम्मे सातों बच्चे लेके जाते जी कोई किस तरह लेके जाता जी कोई कादे वास्ते लेके जाता जी से हूँ मन के चलो हूँ ये बी जी ने बच्चा दवाया सीगा वो सैलर उन्होंने बार बार वो वैसे हाँ जी बच्चा तो वह हैगा शो क्वालिटी जी तो पर उन्होंने जोड़ी चीज़ चाहिए से उन्होंने उही चीज़ दे जाता जी जो शो च लाद बच्चा वो पहला उन्हें आपकी शो वाली चाल दिखाई जी उन्होंने भी मैं शो वाला बच्चा गा उन्होंने इस पास है ही नहीं जी कोई शो का इंट्रस्ट उन्होंने गार्ड वास्ते रखा हूँ गार्ड तो ही इन्ना पक्का हो गया जी वो कहें भी नेड़े तेड़े भी कोई वैसे भी कोई चीज़ लंघती है कोई खेत वाला लंघता गा सुनने राह के बस गर्मी इन्ना हो गया जी जी पूरा गार्ड इन्ना वो तो नेड़े नहीं जाता जी हम उ सैलर के नेड़े नेड़े जी पहला कोई चोरियां चारियां भी हो जाएगा जी कोई होर हूँ कोई प्रॉब्लम ही नहीं उन्होंने शो क्वालिटी बच्चा जी वो फिर उस तरह वह नेचर ही उदा बन गया जी हूँ यह जानवर अपने शो से जाते करके जी हम आप किन्ने अपने घर आते जाते जी सारे ये फ्रेंडली जे इन्हों हाँ जी इन्हों कोई ए नहीं गा जी इन्हों उस तरह आप ला लाँगे तो उमें हो जाएंगे जी उन्होंने बंदा कोई ना दिसूगा जी तो फिर ये उस तरह के हो जाते जी वैसे ये थोड़ा जहाँ इन्हों का जोड़ा ब्लड है जी थोड़ा जहाँ बढ़ता नहीं है जी बंदे बहुत घट बढ़ता जी इंसान नहीं बढ़ता जी इदा तो ना ही कुत्ते काते जब अपने शो से जा बढ़ते जी इन्हों सारा पता लगता जी भी डॉग सारे रखे हुए है किसी डॉग ना नहीं लड़ते जी कि मैं खड़े रहेंगे जी को जाके हाँ जी पर जिमें कह जि किसी तरह की कोई इन्हों लगे भी सही नहीं है बंदा कोई सस्पीशियस बंदा है वो लिए अलर्ट जरूर कर देंगे हाँ जी वो इन्हों लगता जी पता जो जो डॉग है ना जो अपना बंदा बहरों आता जी डॉग अपने इतने पौडे ला के जो वो करता जी बंद के सारे उन्होंने पता लग जाता जी वो बंद भी यह बंदा किस तरह आया जी वो सारा समझदा जी जज कर लें हाँ जी ਜਿਵੇਂ ਤੁਸੀਂ ਕਿਹਾ ਤੁਸੀਂ ਇੱਕ ਹੈ ਨਾ ਜ਼ਿਮੀਦਾਰ ਪਰਿਵਾਰ ਤੋਂ ਜੱਟ ਸਿੱਖ ਪਰਿਵਾਰ ਤੋਂ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ 20 ਡੌਗਸ ਨੇ 20 ਜਰਮਨ ਸ਼ੈਫਰਡ ਹੈ ਅਤੇ ਤੁਸੀਂ ਪਿਛਲੇ ਮਤਲਬ 2015 ਤੋਂ ਤੁਸੀਂ ਕਰ ਰਹੇ ਹੋ ਕੰਮ ਇਹ 2005 ਤੋਂ ਆ ਜੀ ਵੈਸੇ ਸ਼ੈਫਰਡ ਤੁਹਾਡੇ ਕੋਲ ਹਾਂਜੀ ਉਦੋਂ ਵੈਸੇ ਸ਼ੌਂਕ ਨਾਲ ਇੱਕ ਦੋ ਰੱਖੇ ਹੁੰਦੇ ਸੀਗੇ ਉਦੋਂ ਸੇਲ ਪਰਚੇਜ ਦਾ ਨਹੀਂ ਸੀਗਾ ਜੀ ਕੰਮ ਕੋਈ ਨਾਲ ਅਤੇ ਹੁਣ ਤਾਂ ਚਲੋ ਵਧੀਆ ਸੇਲ ਪਰਚੇਜ ਉਹ ਸਾਡੇ ਬੱਚੇ ਹੀ ਨਹੀਂ ਪੂਰੇ ਆਉਂਦੇ ਜੀ ਸਾਥੋਂ ਤਾਂ ਵਧੀਆ ਕੁਆਲਿਟੀ ਦੇ ਹੁਣ ਜਿੱਦਾਂ ਇਸ ਤਰ੍ਹਾਂ ਦੇ ਬੱਚੇ ਆ ਜੀ ਵਧੀਆ ਬਣ ਰਹੇ ਜੀ ਅਸੀਂ ਆਪਦੀ ਬੱਚੇ ਵੀ ਜਿਹੜੇ ਹੁੰਦੇ ਇਹਨਾਂ ਦੇ ਉਹੀ ਸੇਲ ਕਰਦੇ ਜੀ ਪਾਸੇ ਅਸੀਂ ਉਹ ਜਿਵੇਂ ਤੁਸੀਂ ਕਹਿੰਦੇ ਸੀ ਵੀ ਸਾਡੇ ਨਾਲ ਵੀ ਅਸੀਂ ਬੱਚਾ ਲਿਆ ਸੀਗਾ ਕਿਸੇ ਪਿੱਠ ਚੌਕ ਤੋਂ ਪਤਾ ਨਹੀਂ ਕਿੱਥੋਂ ਲਿਆ ਸੀਗਾ ਉਹ ਪਤਾ ਨਹੀਂ ਹੁੰਦਾ ਜੀ ਉਹਨਾਂ ਮਦਰ ਕੀ ਹੁੰਦੀ ਜੀ ਉਹਦੀ ਫਾਦਰ ਕੀ ਹੁੰਦਾ ਗਾ
असी सारा कुछ अगले दिखा के दिने जी भी ये मदर है ये फादर है जी वधिया बच्चा दिने जी पूरा ज इंडिया दे विच कोई भी बंदा एक बंदा कोई आपां नूं चैलेंज कर दे भी मैं बच्चा लैके गया मेरा बच्चा सही नहीं निकलिया गा आपां सारे जानवर फ्री दे देंगे जी कोई भी बंदा एक भी बंदा कोई आपां नूं एक चैलेंज कर दे जां असीं कहिंदे वी ये सुल्तान दा बच्चा कहांगे जी तो वे सकती बंदा डीएनए टेस्ट करवा ले जिहड़ा टेंशन दा होगा टेंशन दा जी एक अपना चैंपियन डॉग हैगा जी अपने कोल सॉरी बीपी बन कप्तान हैगा डॉग तो उहदे बच्चे होंदे जी वह बच्चा होगा वह कह के देवे जी आपकी फी भी आह साड़ी आ इस लाइन की फीमेल इस लाइन की सारा कुछ दस के सारा रिकॉर्ड साढ़े को जोड़ा बच्चा हो रिकॉर्ड प्रूफ होगा जी उदा नहीं हों जी फ्रॉड वाली नहीं होंगी कोई भी गल जी सू आप शौक है जी कोई ये ऐ नहीं गा जी सू हों गा कि साढ़े जाके बच्चा वधिया बनो चार बंदे होर भी पुछते भी कितों लैके आता गा तो उमें बच्चे वो काम नहीं गा जी सूँ तो चंगा नहीं लगता जी जोड़े जाली वाले पिंजरे के दस बच्चे पाले कोई पता नहीं हों कि कितों आया कि कुछ है की कुछ नहीं इन्हों सारे पेपर सू चेक करा देने सारे के सी आई रजिस्टर्ड आई ये सरकार वालों रजिस्टर्ड डॉग आई है हाँ जी सारे इन्हों पेपर इन्हों आप भी बच्चा देवे जी दादा नाना वह भी जी जी मैनशन होगा हाँ जी फादर यदा ग्रैंड फादर कौन सी जी सत्त जनरेशन तक जी मदर फादर का रिकॉर्ड देवे जी आप सारा रिकॉर्ड मिलेगा जी बार भी जो बार डॉग सगा कि जोड़ा बार भी जो बार हम ब्लड लैन बहर ला आ गए जी ये भी बहर कितों चली है जी लैन यही वो सारी ये होगी जी पेपर जिस सर आप पप्पी की गल करिए सुल्तान दे तुसी क्या भी ये तो बेशकीमती है पर जिम्मे तुसी ये पप्पीज़ का बिजनेस करते हो है ना वो तुसी जरूर सेल करते हो तो जो साढ़े दर्शक कोई देख रहे हैं तो मान लो जो वो लेना चाहते हो पप्पी थोड़े तो ये पप्पी की कितनी प्राइस है इस तरह का पप्पी 40-50 की रेंज का मिलता जी जिस तरह का सुल्तान है जी टेंशन है इस तरह का पप्पी इनकी रेंज का चल रहा जी ज्यादा भी जो वो एक महीने का होगा जी जिदा ज्यादा व्डा हो गया जी उदा रेंज फिर ज्यादा बढ़ जाती है जी हाँ जी अच्छा जिस तरह का पप्पी है तो उन्हें किन्ने समय का होना चाहिए अडॉप्शन के टाइम वह क्योंकि कई बहुत छोटा पप्पी ले लेंगे ने तो अपनी माँ का दुध जो नहीं पी पाता है ना तो नॉर्मली जो अडॉप्शन करनी है डॉग की किन्ने उम्र का हो पप्पी है वो 45 दिन का तो हो जी उदू ज़्यादा हो घट ना हो 45 दिन का हो वैक्सीन शुरू हो जाती जी 45 दिन के बच्चे की आप वैक्सीन पहली वैक्सीन ला दें जी 9-1 या 7-1 कोई भी लाने जी तो वो भी बच्चे बीमारियों के लड़न समर्था बढ़ जाती है जी हाँ जी बहुत बहुत धन्यवाद जी सारी जानकारी देने लई सानू।